ਫਗਵਾੜਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਕ NRI ਔਰਤ ਦੇ ਗੱਡੀ ਦੇ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਹੁੰਦੀ ਹੈ। ਇਹ NRI ਔਰਤ ਇਟਲੀ ਤੋਂ ਪੰਜਾਬ ਆਈ ਸੀ ਔਰ ਪੰਜਾਬ ਆਪਣੇ ਇਲਾਜ ਕਰਵਾਉਣ ਦੇ ਲਈ ਆਈ ਸੀ, ਔਰ ਇਸੇ ਦਰਮਿਆਨ ਜਦੋਂ ਉਹ ਜਲੰਧਰ ਨਿੱਜੀ ਹਸਪਤਾਲ ਦੇ ਵਿੱਚ ਆਰਾਮ ਉੱਥੇ ਕੀਤਾ ਉਹਨਾਂ ਨੇ, ਫਿਰ ਉਹਨਾਂ ਨੇ ਇਲਾਜ ਕਰਵਾਇਆ ਔਰ ਇਲਾਜ ਕਰਵਾ ਕੇ ਜਦੋਂ ਉਹ ਜਲੰਧਰ ਤੋਂ ਆਪਣੇ ਘਰ ਵਾਪਸ ਆ ਰਹੇ ਸਨ, ਔਰ ਫਗਵਾੜੇ ਉਹਨਾਂ ਨੂੰ ਜਿਹੜੀ ਹੈ ਲੁੱਟ ਹੁੰਦੀ ਹੈ ਉਹਨਾਂ ਦੇ ਨਾਲ। ਇੱਕ ਨਾਮੀ ਢਾਬੇ ਦੇ ਬਾਹਰ ਉਹਨਾਂ ਦੀ ਗੱਡੀ ਦੇ ਵਿੱਚੋਂ ਸ਼ੀਸ਼ਾ ਤੋੜ ਕੇ ਕੈਸ਼ ਔਰ ਉਹਨਾਂ ਦੇ ਜਿਹੜੀ ਗੱਡੀ 'ਚ ਕਹਿ ਸਕਦੇ ਕਿ ਉਹਨਾਂ ਦਾ ਸੋਨੇ ਦਾ ਜਿਹੜਾ ਉਹ ਗਹਿਣੇ ਪਏ ਸਨ ਉਹ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਔਰ ਇਸ ਔਰਤ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। CCTV ਤਸਵੀਰਾਂ ਖੰਗਾਲੀਆਂ ਜਾ ਰਹੀਆਂ ਨੇ, ਔਰ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਔਰ ਅੰਦਰੋਂ ਕੈਸ਼ ਜਿਹੜਾ ਆ ਉਹ ਲੈ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ। ਤਾਂ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ 'ਤੇ ਦਿਖਾ ਰਹੇ ਹਾਂ। ਔਰ ਇਹ ਔਰਤ ਜਿਹੜੀ ਹੈ ਇਟਲੀ ਤੋਂ ਆਈ ਸੀ ਇਲਾਜ ਕਰਵਾਉਣ ਦੇ ਲਈ ਪੰਜਾਬ, ਔਰ ਪੰਜਾਬ ਆ ਕੇ ਇਸ ਦੇ ਵੱਲੋਂ ਜਲੰਧਰ ਆਪਣਾ ਇਲਾਜ ਕਰਵਾਇਆ ਜਾਂਦਾ, ਔਰ ਫਗਵਾੜੇ ਜਦੋਂ ਆਪਣੇ ਘਰ ਆ ਰਹੀ ਸੀ ਤਾਂ ਉਸ ਵੇਲੇ ਇਸ ਦੇ ਨਾਲ ਲੁੱਟ ਹੁੰਦੀ ਹੈ। ਔਰ ਲੁੱਟ ਇਸ ਤਰੀਕੇ ਨਾਲ ਹੋਈ ਕਿ ਉਸਨੂੰ ਵੀ ਪਤਾ ਨਹੀਂ ਲੱਗਿਆ ਕਿਉਂਕਿ ਉਹ ਢਾਬੇ ਦੇ ਅੰਦਰ ਰੋਟੀ ਖਾ ਰਹੀ ਸੀ ਔਰ ਗੱਡੀ ਦੇ ਅੰਦਰੋਂ ਸ਼ੀਸ਼ਾ ਜਿਹੜਾ ਉਹ ਗੱਡੀ ਦਾ ਟੁੱਟਿਆ ਹੋਇਆ ਸੀ ਔਰ ਅੰਦਰੋਂ ਕੈਸ਼ ਅਤੇ ਸੋਨਾ ਜਿਹੜਾ ਉਹ ਇਸ ਗੱਡੀ ਦੇ ਵਿੱਚ ਨਹੀਂ ਸੀਗਾ, ਜਿਸ ਤੋਂ ਬਾਅਦ ਉਸਨੇ ਇਸ ਦੀ ਸ਼ਿਕਾਇਤ ਕੀਤੀ ਆ। ਔਰ ਉਸਦਾ ਕਹਿਣਾ ਕਿ ਉਸ ਨਾਲ ਇਹ ਬਹੁਤ ਹੀ ਗਲਤ ਹੋਇਆ, ਪੰਜਾਬ ਆ ਕੇ ਉਸ ਦੇ ਨਾਲ ਇਹ ਲੁੱਟ ਹੋਈ, ਜੋ ਕਿ ਇੱਕ ਮਨ ਦਿਖਾਉਂਦੀ ਹੈ। ਔਰ ਮੌਕੇ 'ਤੇ ਢਾਬੇ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਔਰ ਕੀ ਕੁਝ CCTV ਰਾਹੀਂ ਪਤਾ ਲੱਗਿਆ ਤੁਹਾਨੂੰ ਸੁਣਾਉਂਦੇ ਹਾਂ। ਲੱਕੀ ਢਾਬੇ 'ਤੇ ਰੁਕੇ ਸੀਗੇ ਚਲੋ ਖਾਣਾ ਖਾਣ, ਇਹਨਾਂ ਇੱਥੇ ਸਾਡੀ ਨੁਕਸਾਨ ਹੋਇਆ, ਚੋਰੀ ਸਾਡੇ ਜੋ ਵੀ ਗਹਿਣਾ ਗੁਹਣਾ ਸੀਗਾ ਦੀਦੀ ਦਾ ਵਿੱਚ ਸੀਗਾ। ਹਾਂਜੀ, ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਆਪਣਾ? 2.5-3 ਲੱਖ ਦਾ ਤਾਂ ਹੈਗਾ ਹੀ ਆ। ਅਤੇ ਗੋਲਡ ਵਗੈਰਾ ਵੀ ਸੀਗਾ ਜੀ ਸਰ? ਵੀ ਇਹਨਾਂ ਦਾ ਵਿੱਚ ਆ। ਅਤੇ ਆਪਾਂ ਇੱਥੇ ਲੱਕੀ ਢਾਬੇ ਕਿੰਨੇ ਕੁ ਵਜੇ ਆਏ ਹਾਂ ਸਰ? 3 ਦੇ ਕਰੀਬ ਹੈਗਾ ਸੀਗਾ ਟਾਈਮ, ਬਹੁਤ ਇੰਨਾ ਜ਼ਿਆਦਾ। ਕੋਈ CCTV ਕੈਮਰੇ ਆਏ ਸਰ ਕੋਈ ਬੰਦੇ? ਕਿੰਨੇ ਵਿਅਕਤੀ ਆਏ ਸੀਗੇ ਸਰ? ਪਹਿਲਾਂ ਇੱਕ ਘੁੰਮਦਾ ਸੀਗਾ, ਇਹਨਾਂ ਦਾ ਸਕਿਉਰਿਟੀ ਗਾਰਡ ਵੀ ਕੋਲੇ ਘੁੰਮਦਾ ਰਿਹਾ। ਅਤੇ ਕਿੱਦਾਂ ਮਤਲਬ ਕਿ ਤੁਸੀਂ ਬਣੂ ਕਿ ਕਿੱਥੇ ਛੱਕ ਜਾਂਦਾ ਕਿਸੇ ਵਿਅਕਤੀ ਦੇ? ਸਾਨੂੰ ਤਾਂ ਇਹਨਾਂ ਸਕਿਉਰਿਟੀ ਗਾਰਡ 'ਤੇ ਜਾਂ ਇਹਨਾਂ ਦਾ ਢਾਬੇ ਵਾਲਿਆਂ ਦਾ। ਕੋਈ ਅੰਦਰ ਤੁਹਾਡੀ ਜਿਹੜਾ ਮੈਨੇਜਰ ਵਗੈਰਾ ਕੋਈ ਗੱਲਬਾਤ ਨਹੀਂ ਹੋਈ? ਮੈਨੇਜਰ ਕੁਝ ਨਹੀਂ ਕਹਿੰਦਾ, 10 ਮਿੰਟ ਕਰੀ ਜਾਂਦਾ ਆ। ਔਰ ਮੈਂ ਜਲੰਧਰ ਤੋਂ ਹੋਸਪਿਟਲ ਤੋਂ ਦਵਾਈ ਖਾਂਦੀ ਹਾਂ, ਮੇਰੀਆਂ ਉਹਦੇ ਵਿੱਚ ਰਿਪੋਰਟਾਂ ਸੀ, ਅਸੀਂ ਲੱਕੀ ਢਾਬੇ 'ਤੇ ਇੱਥੇ ਖਾਣਾ ਖਾਣ ਵਾਸਤੇ ਰੁਕੇ ਹਾਂ। ਇਹਨਾਂ ਦੇ ਸਕਿਉਰਿਟੀ ਗਾਰਡ ਨੇ ਪਹਿਲਾਂ ਸਾਡੀ ਗੱਡੀ ਇੱਥੇ ਲਵਾਉਣ ਲੱਗਾ, ਫਿਰ ਕਹਿੰਦਾ ਤੁਸੀਂ ਇੱਧਰ ਲਵਾਓ। ਸਕਿਉਰਿਟੀ ਗਾਰਡ ਨੇ ਆਪਣੀ ਜ਼ਿੰਮੇਵਾਰੀ 'ਤੇ ਸਾਡੀ ਗੱਡੀ ਲਵਾਈ ਆ, ਉੱਥੇ ਜਦੋਂ ਅਸੀਂ ਖਾਣਾ ਖਾਂਦੇ ਸੀ ਤਾਂ ਸਕਿਉਰਿਟੀ ਗਾਰਡ ਸਾਨੂੰ ਲੈਣ ਗਏ ਅੰਦਰ, ਅਤੇ ਕਹਿੰਦਾ ਤੁਹਾਡੀ ਗੱਡੀ ਦਾ ਸ਼ੀਸ਼ਾ ਟੁੱਟਿਆ। ਮੇਰੀ ਉਹਦੇ ਵਿੱਚ 5 ਲੱਖ ਦੀਆਂ ਮੇਰੀਆਂ ਰਿਪੋਰਟਾਂ ਆ, ਮੈਂ ਉੱਥੇ ਸਾਰੀ ਤਾਰੀ ਹੋਈ ਆ, ਪੇਮੈਂਟ 5 ਲੱਖ ਰੁਪਇਆ ਪੂਰਾ ਉੱਥੇ ਹੋਸਪਿਟਲ ਉੱਥੇ ਜਾ ਕੇ ਮੇਰੇ ਨਾਲ ਹੀ ਮੈਨੂੰ ਦੇਣ। ਮੇਰੇ ਮੇਕਅਪ ਦੀ ਕਿੱਟ ਆ, 2 ਮੇਰੀਆਂ ਟੁੰਬਾਂ ਆ, 1.5 ਲੱਖ ਰੁਪਈਆ ਆ ਮੇਰਾ ਉਹਦੇ ਵਿੱਚ। ਮੇਰੀ ਸਾਰੀ ਇਹ ਕੰਪਲੇਂਟ ਇੱਥੇ ਤਾਂ ਮੈਨੇਜਰ ਪੂਰੀ ਕਰੇ, ਨਹੀਂ ਮੇਰਾ ਸਾਰਾ ਜਿੰਨਾ ਵੀ ਮੇਰਾ ਖਰਚਾ ਆ ਸਾਰਾ ਮੈਨੂੰ ਦਿੱਤਾ ਜਾਵੇ। ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀਗੇ ਜੀ? ਮੈਂ ਜਲੰਧਰ ਹੋਸਪਿਟਲ, ਜਲੰਧਰ ਤੋਂ ਅਸੀਂ ਆਏ ਸੀਗੇ, ਕੋਲਗੜ੍ਹ ਅਸੀਂ ਜਾ ਰਹੇ ਸੀ ਵਾਪਸ। ਮੈਂ ਪੇ ਕੇ ਰਹਿੰਦੀ ਹਾਂ, ਮੈਂ ਇਟਾਲੀਆ ਤੋਂ ਆ ਕੇ ਆਪਣਾ ਇਲਾਜ ਕਰਾਉਂਦੀ। ਹੋਇਆ ਕਿੱਥੇ ਇਹ ਕਾਂਡ? ਇੱਥੇ ਲੱਕੀ ਢਾਬੇ ਦੇ ਉੱਤੇ। ਤੇ ਕਿੰਨਾ ਕੁ ਟੋਟਲ ਨੁਕਸਾਨ ਹੋ ਗਿਆ ਮੈਡਮ? ਸਾਡਾ 3 ਲੱਖ ਦਾ ਨੁਕਸਾਨ ਹੋ ਚੁੱਕਾ ਆ। ਸਾਨੂੰ 3 ਵਜੇ ਦਾ ਇਹਨੇ ਬੇਵਕੂਫ ਬਣਾਇਆ ਹੋਇਆ ਆ। 10 ਮਿੰਟ ਮੈਡਮ ਜੀ ਰੁਕੋ, 5 ਮਿੰਟ ਰੁਕੋ, ਅਸੀਂ ਤੁਹਾਡੀ ਪੂਰੀ ਕਾਰਵਾਈ ਕਰਦੇ ਹਾਂ। ਮੈਡਮ ਜੀ ਜਿੱਦਾਂ ਮਤਲਬ ਕਿ ਇੱਥੇ ਕੋਈ CCTV ਕੈਮਰੇ ਵਗੈਰਾ ਲੱਗੇ ਆ ਜਾਂ ਕੋਈ? ਉਹਦੇ ਵਿੱਚ ਆਉਂਦਾ ਆ, ਇਹਨਾਂ ਦਾ ਸਕਿਉਰਿਟੀ ਗਾਰਡ ਉੱਧਰ ਜਾਂਦਾ ਆ ਅਤੇ ਉਹਨਾਂ ਨਾਲ ਦੇਖਦਾ ਆ, ਉਹਨੂੰ ਪਤਾ ਆ ਵੀ ਕੌਣ ਆ ਬੰਦੇ, ਇਹਨਾਂ ਨੂੰ ਹੀ ਪਤਾ ਹੋਏਗਾ ਸਾਨੂੰ ਇਹਨਾਂ ਨੇ ਪਾਗਲ ਬਣਾ ਕੇ ਰੱਖ। ਮੈਡਮ ਕੋਈ